ਫਿਰ ਬਣਾਈਏ ਫਿਰ ਮੈਂ ਮੰਦੀ ਵੀਡੀਓ ਬਣਾ ਲੱਗਿਆ ਸੈਲਫੀ ਕੈਮਰੇ ਨਾਲ ਹੀ ਹਾਂ ਬਣਾਈ ਤੇ ਜਦੋਂ ਕੋਈ ਬੰਦਾ ਦੂਰੋਂ ਦੇਖ ਜਕਰਿਆ ਆਉਂਦਾ ਨਹੀਂ ਯਾਰ ਸੰਗ ਲੱਗਦੀ ਛੱਡ ਯਾਰ ਪੱਛ ਕਰ ਗਿਆ ਅ ਜੇ ਉਹ ਚ ਪਾਲਾ ਕਰੀ ਕਿ ਕੀ ਕਰੀ ਜਾਂਦੇ ਹਾਂ ਫਿਰ ਬਣਾ ਲਿਆ ਕਰੀ ਫਿਰ ਜਦੋਂ ਆਪਦੀ ਬਾਤ ਆਪ ਹੀ ਸੁਣਾ ਕਰੀ ਫਿਰ ਸੰਗ ਦੀ ਲੱਗਿਆ ਕਰੀ ਨਹੀਂ ਯਾਰ ਇਹਨੂੰ ਕੀ ਪਾਵਾਂਗੇ ਕੀ ਆਖਣਗੇ ਲੋਕ ਹੂੰ ਫਿਰ ਪ੍ਰਵਾਹ ਕੀਤੀ ਵੀਰ ਵੇ ਤਾਂ ਚੰਗਾ ਕਰੋ ਮਾਰਾ ਕਰੋ ਕਹਿਣ ਵਾਲਿਆਂ ਤਾਂ ਕਹਿਣੀ ਆ ਹਾਂ ਫਿਰ ਦੱਬਦਾ ਕੰਮ ਉਦੋਂ ਬਾਅਦ ਨਹੀਂ ਪਿੱਛੇ ਦੱਬਦਾ ਕੰਮ ਹੂੰ ਕਿਵੇਂ ਆ ਕੰਮ ਹੁਣ ਸੈਟ ਆ ਬਈ ਪੂਰਾ ਟੌਪ ਤੇ ਪੂਰਾ ਟੌਪ ਤੇ ਹੁਣ ਤਾਂ ਹੂੰ ਤੇ ਕਰਦੇ ਕੀ ਕਹਿੰਦੇ ਆ ਕਰਦੇ ਸਟਾਰਟਿੰਗ ਤੇ ਤਾਂ ਬਹੁਤ ਕੁਝ ਕਹਿੰਦੇ ਸੀਗੇ ਜਦੋਂ ਜਾਂਦੇ ਸੀਗੇ ਚੱਕ ਲੈਂਦੇ ਡਰਾਈਵ ਬੋਰਡ ਚੱਕਿਆ ਕੈਮਰਾ ਚੱਕਿਆ ਬਈ ਕੁਝ ਨਹੀਂ ਦਿੰਦਾ ਇਹ ਕੌਤਰੇ ਫਰਦੇ ਦੇ ਮਗਰ ਪਿੰਡ ਚੋਂ ਵੀ ਜਦੋਂ ਕੋਈ ਲੰਘਦੇ ਕਈ ਵਾਰੀ ਹਸਣ ਲੱਗ ਜਾਂਦੇ ਆਗੇ ਵੱਡੇ ਢਿੱਲੋਂ ਮਠੰਡੇ ਵਾਲੇ ਜਦੋਂ ਉਹ ਚੈਨਲਾਂ ਨੇ ਨਾਮ ਰੱਖਿਆ ਸੀਗਾ ਹੂੰ ਪੀਟੀਸੀ ਤੇ ਹੋਈ ਸੀ ਇੰਟਰਵਿਊ ਨਿਊਜ਼ 19 ਤੇ ਹੋਈ ਸੀਗੀ ਕਾਫੀ ਕੁਝ ਹੋਇਆ ਤੇ ਜਦੋਂ ਉਹਨਾਂ ਨੇ ਨਾਮ ਰੱਖਤਾ ਵੀ ਬਠਿੰਡੇ ਦੇ ਟੱਲੋਂ ਬ੍ਰਦਰ ਨੇ ਇਹ ਚੀਜ਼ਾਂ ਬਣਾਈਆਂ ਸੀ ਜਦੋਂ ਸਰਚ ਦੇ ਵਿੱਚ ਆਉਣ ਲੱਗਿਆ ਉਤੋਂ ਫਿਰ ਹੌਲੀ ਹੌਲੀ ਘਰਦਿਆਂ ਨੂੰ ਪਤਾ ਲੱਗਿਆ ਘਰਦਿਆਂ ਨੂੰ ਫਿਰ ਵੀ ਪਤਾ ਨਹੀਂ ਲੱਗਦਾ ਕਿਉਂਕਿ ਵੀਡੀਓ ਸਾਡੇ ਕੋਲ ਹੀ ਫੋਨ ਆਉਂਦੇ ਸੀ ਅਸੀਂ ਦਿਖਾਉਂਦੇ ਨਹੀਂ ਸੀ ਹਾਂ ਸੰਗਦੇ ਦਿਖਾਉਂਦੇ ਸੀ ਵੀ ਇਹ ਕੀ ਆਖਣਗੇ ਵੀ ਕੋਈ ਆਪਦਾ ਨੂੰ ਐ ਲੱਗਦਾ ਹੁੰਦਾ ਵੀ ਯਾਰ ਇਹ ਤਾਂ ਆਮ ਹੀ ਹੈ ਨਾ ਤੇ ਜਦੋਂ ਬਾਹਰ ਜਾਂਦੇ ਸੀ ਬਾਹਰ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਸੀ ਵੀ ਇਹਨਾਂ ਦੀ ਪੁੱਛ ਪੜਤਾਲ ਹੈਗੀ ਆ ਜਾਂ ਕੋਈ ਭੈਣ ਭਰਾ ਮਿਲਣਾ ਆਉਂਦੇ ਘਰੇ ਫਿਰ ਖੁਸ਼ ਹੁੰਦੇ ਹੁਣ ਤਾਂ ਫਿਰ ਕੀ ਬਤਾਏ ਹੁਣ ਤਾਂ ਫ੍ਰੀ ਕਰਤਾ ਛੋਡੇ ਵਾਲੇ ਪਾਸੇ ਵੀ ਇਹੀ ਹਾਲ ਸੀ ਹਾਂ ਜੀ ਸੇਮ ਸੀ ਹਾਂ ਬਹੁਤ ਗਾਣ ਲੰਦੇ ਸੀਗੇ ਗਾਲਾਂ ਹੂੰ ਜਾਂ ਕੰਜਰ ਕੀਤਾ ਹੁੰਦਾ ਵੈਸੇ ਕਹਿੰਦੇ ਵੀ ਕੰਜਰ ਕੀਤਾ ਜੀ ਹੁੰਦਾ ਜੀ ਲੋਟ ਨਹੀਂ ਹੈ ਕਹਿੰਦੇ ਕਾ ਸੌਦਾ ਆਪਣੀ ਹਾਂ ਤੇ ਫਿਰ ਜਦੋਂ ਚਲੋ ਅਸੀਂ YouTube ਤੇ ਵੀਡੀਓ ਪਾਈਆਂ ਉਹਦੇ ਵਾਰੀ ਕੁਛਣ ਕੰਮ ਵੀ ਆਈ ਹੈ ਨਾ ਹਾਂ ਤੇ ਸਾਰਾ ਸੈੱਟ ਹੋ ਗਿਆ ਜੜੀ-ਜੜੀ ਹਾਂ ਵੀ ਕਮਾਈ ਆਉਣ ਲੱਗ ਗਈ ਹੈ ਹਾਂਜੀ ਠੀਕ ਤੇ ਹੁਣ ਜਿਹੜੇ ਫਿਰ ਲੋਕ ਟੀਚਰਾਂ ਕਰਦੇ ਹੁਣ ਕਰਦੇ ਹ ਹੁਣ ਬਈ ਕੀ ਦਸੀ ਹੈ ਨਾ ਵੀ ਕਈ ਵਾਰੀ ਹੋ ਜਾਂਦਾ ਸਾਰੇ ਨਹੀਂ ਹੈਗੇ ਪਰ ਕੁਝ ਕੁ ਬੰਦੇ ਹੈਗੇ ਜਿਹੜੇ ਜ਼ਿਆਦਾ ਨਾਰਾਜ਼ ਸੀਗੇ ਉਦੋਂ ਮਨ ਕਹਿੰਦੇ ਹੁੰਦੇ ਸੀ ਵੱਡੇ ਢੱਲੋਂ ਢਿੰਡਾਲੇ ਹੁਣ ਜੇ ਉਹਨਾਂ ਨੂੰ ਕੋਈ ਘਰ ਵੀ ਪੁੱਛ ਲੈ ਯਾਰ ਇੱਥੇ ਤਾਂ ਸਾਰੇ ਢੱਲੋਂ ਆ ਯਾਰ ਸਿੱਧਾ ਗਿਆ ਅਮਰੀਕਾ ਦੇ ਜਾਣਾ ਕਰੇ ਹਾਂ ਹੁਣ ਇਦਾਂ ਹੋ ਗਿਆ ਵੀ ਅਮਰੀਕਾ ਦੇ ਘਰੇ ਜਾਣਾ ਫਿਰ ਮੈਂ 2 ਸਾਲ ਦੁਕਾਨ ਕੀਤੀ ਹਮ ਮੋਬਾਈਲਾਂ ਦੀ ਫਿਰ ਫਾਈਨਲੀ ਗੇਟ ਦੇ ਉੱਤੇ ਕਣਕਵਾਲ ਉੱਥੇ ਚੱਲਦੇ ਰਹੇ ਫਿਰ ਚਲੋ ਇੱਥੋਂ ਗੇਟ ਬੰਦ ਹੋ ਗਿਆ ਫਿਰ ਦੁਕਾਨ ਵੀ ਬੰਦ ਹੋ ਗਈ ਫੇਰ ਉਹ ਦੂਬਾਰਾ ਜਾ ਕੇ ਸਿਸਟਮ ਚੱਲਿਆ ਆਦਾ ਹੋਰਾਂ ਨੇ ਦੇ ਵਿੱਚ ਆਪਾਂ ਰਾਜਸਥਾਨ ਦੇ ਵਿੱਚ ਗੁਆੜੀ ਦਾ ਨੀਰਾ ਖਰੀਦਣਾ ਪੰਜਾਬ ਦੇ ਵਿੱਚ ਲਿਆ ਕੇ ਵੇਚ ਲੈਣਾ ਇੱਥੋਂ ਛਟੀਆਂ ਇਕੱਠੀਆਂ ਕਰ ਲਈਆਂ ਉਹ ਵੀ ਫਿੱਟ ਨਹੀਂ ਬੈਠੇ ਕੰਮ ਹੋ ਗਿਆ ਫੇਰ ਹੋਟਲ ਲਾਈਨ ਦੇ ਵਿੱਚ ਆ ਗਏ ਤਿੰਨ ਦੋ ਤਿੰਨ ਸਾਲ ਮੈਂ ਹਿਮਾਚਲ Shimla Kufri ਤੇ Manali ਦੇ ਵਿੱਚ ਹੋਟਲ ਸੀਗੇ ਆਪਣੇ ਤਿੰਨ 2017 ਤੋਂ 18 ਤੱਕ ਉਦੋਂ ਇਹ ਵੀ ਚੱਲ ਗਿਆ YouTube ਵੀ ਚੱਲ ਗਿਆ ਸੀਗਾ ਤੇ ਉਧਰ ਵੀ ਕੰਮ ਹੋ ਗਿਆ ਬਈ ਚਲੋ ਇਧਰੋਂ ਕਟ ਇਨਕਮ ਸੀਗੀ ਪੜਿਆ ਮੈਂ ਪਲਸ 2 ਤੋਂ ਦੱਸਿਆ ਨਾ ਪ੍ਰਾਈਵੇਟੀ ਸੀ ਪਰ ਦੇਖਣ ਦੇ ਵਿੱਚ ਹਰੇਕ ਬੰਦਾ ਕਹਿੰਦਾ ਨਹੀਂ ਯਾਰ ਬੰਦਾ ਜਾਦੇ ਪੜਿਆ ਹੋਣਾ ਕਿਉਂਕਿ ਉੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਫੋਰਨਰ ਵੀ ਆਉਂਦੇ ਸਾਊਥ ਦੇ ਸਾਰੇ ਆਉਂਦੇ ਸੀਗੇ ਗੱਲਬਾਤ ਕਰਨੀ ਕਿਉਂਕਿ ਜਿਹੇ ਜਿਹੇ ਆਪਾਂ ਮਾਹੌਲ ਚ ਵਿਚਰਾਂਗੇ ਉਹ ਤੇ ਚੱਲਦੇ ਆ ਇੱਕ ਸਾਲ 2 ਸਾਲ ਵਧੀਆ ਚੱਲਿਆ ਉੱਥੇ ਕੰਮ ਫਿਰ ਲੋਕਡਾਊਨ ਆ ਗਿਆ ਫੇਰ ਮਰ ਗਿਆ ਉਤੋਂ ਫੇਰ ਉੱਡ ਕੇ ਆ ਗਿਆ ਫੇਰ ਗੱਲ ਆਪਦੇ ਉਹੀ ਕੰਪੀਟੀਸ਼ਨ ਹੁੰਦਾ ਆਪਣਾ YouTube ਨਾਲ Facebook ਨਾਲ ਜਿਹੇ ਜਿਹੇ ਲਾਈਨ ਹੁੰਦੇ ਉਹਨਾਂ ਨਾਲ ਦੀ ਆਪਣਾ ਕੰਪੀਟੀਸ਼ਨ ਦਾ ਮੈਨੂੰ ਕਹਿਣ ਲੱਗੇ ਢੱਲੋਂ ਤੇਰਾ ਤਾਂ ਗਿਆ ਨਾਮ ਯਾਰ ਵਧੀਆ ਨਾਮ ਚੱਲਦਾ ਸੀਗਾ ਤੇਰਾ ਯਾਰ ਤੂੰ ਕਿਉਂ ਛੱਡ ਗਿਆ ਇਹ ਚੀਜ਼ ਨੂੰ ਤੇ ਮਾਹ ਚੱਲ ਕੋਈ ਨਹੀਂ ਜਦੋਂ ਗਹਿਣ ਜਲਾ ਗਿਆ ਫੇਰ ਆ ਗਿਆ ਫੇਰ ਚੱਕ ਲੈ ਸੰਦਾ ਫੇਰ ਚੱਕ TikTok ਚੱਲਦੀ ਸੀਗੀ YouTube Facebook ਫੇਰ ਖਿੱਚਦਾ ਕੰਮ ਫਿਰ ਹੁਣ ਜਾ ਕੇ ਉਹੀ ਗੱਲ ਹੁਣ ਇਹ ਲਾਈਨ ਤੋਂ ਪਿੱਛੇ ਮੁੜ ਕੇ ਨਹੀਂ ਲੱਗਿਆ ਪਰ ਦੱਬੀ ਹੋਣੀ ਹੈ ਕੰਮ ਹੂੰ ਤੇ ਬਾਈ ਬਾਈ ਨੇ ਦੱਸਿਆ ਵੀ ਪਹਿਲਾਂ ਮੋਬਾਈਲਾਂ ਦੀ ਦੁਕਾਨ ਹੋਰ ਵੀ ਕਾਫੀ ਧੰਦੇ ਕਰੇ ਤੁਸੀਂ ਵੀ ਨਾਲ ਸੀ ਕਿ ਕਿ ਲੱਗੇ ਸੀ ਤੁਸੀਂ ਨਹੀਂ ਉਦੋਂ ਨਹੀਂ ਸੀਗੇ ਜੀ ਸੀ ਬਸ ਜਦੋਂ ਫੇਸਬੁੱਕ YouTube ਤੇ ਵੀਡੀਓ ਬਣਾਉਣ ਲੱਗੇ ਉਦੋਂ ਤੋਂ ਹੀ ਅਸੀਂ ਕਰ ਰਹੇ ਹਾਂ ਤੇ ਤੁਸੀਂ ਕੀ ਕਰਦੇ ਸੀ ਫਿਰ ਬਸ ਪਲੱਸ 2 ਤੋਂ ਬਾਅਦ ਖੇਤੀ ਜੀ ਖੇਤੀ ਕੀਤੀ ਤੁਸੀਂ ਪਲੱਸ 2 ਕੀਤੀ ਹੁੰਦੀ ਹਾਂ ਤੇ ਹਾਂ ਜੀ ਤੇ ਹੁਣ ਫਿਰ ਆਹ ਇਧਰ ਹੀ ਧਿਆਨ ਦੇਣਾ ਸਾਰਾ ਨਹੀਂ ਖੇਤੀ ਕਰਨੀ ਵੀ ਹੈਗਾ ਜੀ ਤੇ ਉਹ పార్ ਟਾਈਮ ਹੈ ਵੈਸੇ ਪਾਰਟ ਟਾਈਮ ਤੋਂ ਵੱਧ ਕੈਸੇ ਨੇ ਇੱਧਰ ਤੇ ਆਣਾ ਸਾਡਾ ਇੱਧਰ ਆ ਤਾਂ ਹਾਂ ਕੀ ਕੋਈ ਸਿੱਖਣ ਨੂੰ ਮਿਲਦਾ ਹੈ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਨਾ ਜੀ ਬਹੁਤ ਵੀ ਜ਼ਿੰਦਗੀ ਦੇ ਵਿੱਚ ਕਨਾ ਮਰਜੀ ਪੜ੍ਹ ਲਿਖ ਲੈਂਦੇ ਹਨਾ ਪਰ ਜੋ ਸਾਨੂੰ ਫੇਸਬੁੱਕ YouTube ਨੇ ਦਿੱਤਾ ਵੀ ਮੇਰੇ ਖਿਆਲ ਨਹੀਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕਿਥੋਂ ਮਿਲ ਜਾਂਦਾ ਪਹਿਲੀ ਗੱਲ ਤਾਂ ਵੀ ਪਿਆਰ ਦੀ ਗੱਲ ਕਰੀ ਹੈ ਨਾ ਬਜ਼ੁਰਗਿਆਂ ਦਾ ਪਿਆਰ ਸਾਨੂੰ ਬਜ਼ੁਰਗ ਵੀ ਫੋਨ ਕਰਦੇ ਹੋਏ ਤੁਹਾਡੀ ਵੀ ਤੁਸੀਂ ਬੇਬੇ ਨੂੰ ਖੇਤ ਲੈ ਕੇ ਗਏ ਹੈ ਨਾ ਵੀ ਤੁਸੀਂ ਤੁਹਾਡੀ ਇਹੀ ਚੀਜ਼ਾਂ ਵਧੀਆ ਹੁੰਦੀਆਂ ਹਮ ਕਦੇ ਕੋਈ ਓਵਰ ਕੋਈ ਕੁਝ ਵੀ ਨਾ ਇਹ ਗਲਤ ਨਹੀਂ ਕਰਿਆ ਹੈਗਾ ਵੀ ਜਿਹੜੀਆਂ ਆਪਣੇ ਘਰਾਂ ਵਿੱਚ ਮਾਂ ਮਾ ਪੈਣਾ ਅਸਲ ਤੇ ਗੱਲ ਇਹ ਹੈ ਜੀ ਸਾਡੀ ਮਾਂ ਜੀ ਸਾਡੀ ਭੈਣ ਪਹਿਲਾਂ ਵੀਡੀਓ ਦੇਖ ਲੂਗੀ ਤਾਂ ਮੇਰੇ ਖਿਆਲ ਵਿੱਚ ਸਾਰੇ ਦੇਖ ਲੈਣਗੇ ਜੇ ਸਾਨੂੰ ਸਾਡੇ ਘਰੋਂ ਸ਼ਰਮ ਆ ਗਈ ਤਾਂ ਉਹ ਮਤਲਬ ਕਿ ਫਿੱਟੇ ਜਾਂ ਨਹੀਂ ਹੈ ਕੰਮ ਹਾਂ ਉਹ ਜਿਵੇਂ ਬਾਈ ਨਹੀਂ ਕਿਹਾ ਕਹਿੰਦਾ ਪਹਿਲਾਂ ਦਿਖਾਉਂਦੇ ਨਹੀਂ ਸਕਦੇ ਹੁਣ ਤਾਂ ਦਿਖਾਉਂਦੇ ਹਾਂ ਤਾਂ ਵੀ ਦੇਖਦੇ ਹੋਣਗੇ ਹੁਣ ਤਾਂ ਹੋਣ ਹੈਗੇ ਜੀ ਆਪ ਵੀ ਦੇਖੇ ਇੱਕ ਇੱਕ ਹੋਰ ਹੁੰਦਾ ਬਾਈ ਰਤਨ ਵੀ ਆਪਣਾ ਨਾ ਫੇਸਬੁੱਕ ਤੇ ਵੈਸੇ ਇਹਨਾਂ ਦੇ ਵੀ ਸੈਂਸਰ ਤਾਂ ਹੈਗੇ ਸੈਂਸਰ ਬੋਰਡ ਜਿਵੇਂ ਕਹਿ ਲਿਆ ਨਾ ਪਰ ਸਾਡਾ ਸੈਂਸਰ ਬੋਰਡ ਸਾਡਾ ਘਰ ਹੀ ਆ ਸਾਡੇ ਘਰਦਿਆਂ ਨੇ ਸਾਰੇ ਸਾਡੇ ਤੋਂ ਕਮੈਂਟ ਨਹੀਂ ਪੜੇ ਜਾਂਦੇ ਉਹਨਾਂ ਨੇ ਸਾਰੇ ਕਮੈਂਟ ਪੜ ਲੰਨੇ ਆ ਹਾਂ ਉਹ ਕਹਿੰਦੇ ਯਾਰ ਆ ਆ ਗੱਲ ਕੀ ਗਲਤ ਕਹੀ ਹੈ ਤੂੰ ਇਹਦੇ ਕਮੈਂਟ ਆਇਆ ਪਿਆ ਆ ਦੇਖੋ ਯਾਰ ਥੋੜਾ ਜਿਹਾ ਯੋ ਸਾਨੂੰ ਇਹਦਾ ਕੁਝ ਕਰ ਨਹੀਂ ਦਿੰਦੇ ਹਾਂ ਛਾਣਾ ਲੱਗ ਜਾਂਦਾ ਹਾਂ ਹਾਂ ਉਹ ਬੈਠੇ ਆ ਪਹਿਲੀ ਫਿਲਟਰ ਜਦੋਂ ਜਾਵਾਂਗੇ ਉਹਨਾਂ ਨੇ ਪਹਿਲਾਂ ਹੀ ਦਿਖਾ ਦੇਣਾ ਕਮੰਡ ਦੇਖ ਮੈਂ ਕਦੇ ਫਿਰ ਸਿੱਟਾ ਵੀ ਆ ਘਰ ਆੜੀਆਂ ਨੇ ਹੈ ਪੰਜਾਂ ਡਾਂਗਾਂ ਡੂੰਗਾ ਹੋ ਜਾਂਦਾ ਕਿਉਂਕਿ ਜਦੋਂ ਯਾਰ ਮਿੱਤਰ ਆ ਜਾਂਦੇ ਆ ਤਾਂ ਥੋੜਾ ਲੇਟ ਵੀ ਹੋ ਜਾਣਾ ਜਦੋਂ ਆਪਣਾ ਸਰਕਲ ਵਧ ਹੀ ਜਾਊਗਾ ਹਾਂ ਉਹਨਾਂ ਹੀ ਫਿਰ ਆਪਣਾ ਘਰੇ ਟਾਈਮ ਕੱਟ ਕੱਟੀ ਜਾਂਦਾ ਗਾ ਪਰ ਉਹੀਂ ਕੱਟੀਆਂ ਮੱਝਾਂ ਕੁੱਤੇ ਐਵੇਂ ਦੀ ਗਾਏ ਵੀ ਨੇ ਸਾਬੇ ਤੇ ਵੀ ਆਪਾਂ ਕਹਿੰਦੇ ਨੇ ਵੀ ਸੋਈ ਜਮੀ ਭੰਡਾ ਛੜਦਾ ਹਣਾ ਹੁਣ ਤਾਂ ਕੀ ਕਹਿੰਦੇ ਹੁੰਦੇ ਆ ਮਨ ਦਾ ਬੰਦੇ ਨੇ ਵੀ ਗੁੱਸਾ ਕਰਨਾ ਹੁਣ ਤਾਂ ਯਾਰ ਮਿੱਤਰ ਵੀ ਤੀ ਬਾਹਲਾ ਖਸੂਤਾ ਬਣਾ ਲਿਆ ਇੱਕ ਕਿ ਨਹੀਂ ਹੋਰ ਬਦੰਦਰ ਟੋਲੀਏ ਮੋੜ ਨਾਲ ਕੰਮ ਕਰਾ ਕੇ ਛੱਡੂ ਜਿਹੜੇ ਤੋਂ ਡਰ ਲੱਗਦਾ ਹੈ ਉਹਦਾ ਅਸੀਂ ਕੰਮ ਦੇਦਾ ਦੱਸ ਲੈਨੇ ਹਾਂ ਉਹਨਾਂ ਨੂੰ ਕਦੇ ਬੱਟਾ ਦੇ ਜੇਨਰਲ ਵਾਲਾ ਕਦੇ ਹੋਰ ਵਾਲਾ ਕਿ ਮੈਂ ਸਾਡੇ ਕੋਲੇ ਤਾਂ ਹੀ ਕੰਮ ਆ ਜੇ ਕਹਵੇ ਕੀ ਆ ਬਾਈ ਵੱਡੇ ਹੋ ਗਏ ਮਨ ਵੱਡੇ ਹੋ ਗਏ ਹਰੇਕ ਬੰਦੇ ਦੀ ਇੱਕ ਸੋਚ ਹੁੰਦੀ ਵੀ ਮੈਂ ਵੱਡਾ ਹੋਵਾਂ ਪਰ ਜਦੋਂ ਆਪਾਂ ਵੱਡੇ ਹੁੰਨੇ ਆ ਪਹਿਲਾਂ ਤਾਂ ਕਹਿੰਦੇ ਆ ਤੂੰ ਤਰੱਕੀਆਂ ਕਰ ਜਦੋਂ ਤਰੱਕੀਆਂ ਕਰਦੇ ਆ ਫਿਰ ਉਹ ਮੇਰਾ ਨਾ ਹੁੰਦਾ ਤੂੰ ਹੀ ਵੱਡੇ ਹੋ ਗਏ ਫਿਰ ਉਹ ਕਿਉਂ ਕਹਿੰਦੇ ਬਾਈ ਨਾ ਮੈਂ ਵੀ ਗੱਲ ਕਹਿੰਦਾ ਵੀ ਐ ਕੋਈ ਕਹਿ ਦਿੰਦੇ ਆ ਕਿ ਤੁਸੀਂ ਵੱਡੇ ਹੋ ਗਏ ਹਾਂ ਪਹਿਲਾਂ ਆਪਣੇ ਨੂੰ ਦੁਆਵਾ ਮਾ ਦਿੰਦੇ ਬਾਈ ਵਦੋਂ ਵੱਲੋਂ ਤਰੱਕੀਆਂ ਕਰੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜਦੋਂ ਤਰੱਕੀ ਕਰਦੇ ਆ ਫਿਰ ਕੁਝ ਇੱਕ ਵਾ ਹੁੰਦਾ ਲੰਬਾ ਹੁੰਦਾ ਬਾਈ ਹੁਣ ਤੁਸੀਂ ਕਹਨੂੰ ਬੁਲਾਉਣੇ ਵੱਡੇ ਹੋ ਗਏ